ਜਿਹੜਾ ਮੇਰੀ ਵਿਜ਼ਿਟ ਹੈ ਜੀ ਇਹ ਚੇਚੇ ਤੌਰ ਤੇ ਜਿਹੜਾ ਫਲੱਡ ਰਿਲੇਟਡ ਜਿਹੜਾ ਹੈਗਾ ਨਾ ਸਾਡੇ ਦੋ ਜਿਹੜੇ ਮੈਡੀਕਲ ਪ੍ਰੋਬਲਮਸ ਹੁੰਦੀਆਂ ਇੱਕ ਹੈਗੀਆਂ ਵਾਟਰ ਬੋਰਨ ਡਿਜ਼ੀਜ਼ ਜਿਹਨਾਂ ਨੂੰ ਆਪਾਂ ਡਾਇਰੀਆ ਦਸਤ ਜਾਂ ਕੋਲਰਾ ਟੱਟੀਆਂ ਉਲਟੀਆਂ ਜਿਹਦੇ ਨਾਲ ਮਤਲਬ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਈ ਵਾਰੀ ਉਹ ਬਹੁਤ ਲਾਰਜ ਸਕੇਲ 'ਤੇ ਐਪੀਡੈਮਿਕ ਜਿਵੇਂ ਇੱਕ ਯੂਪੀ ਦੇ ਵਿੱਚ ਪਿੱਛੇ ਜਿਹਾ ਹੋਇਆ ਸੀਗਾ ਕਿ ਉਹਨਾਂ ਦੇ 500 ਪੇਸ਼ੈਂਟਸ ਆ ਗਏ ਉਹਨਾਂ ਦੇ ਹਸਪਤਾਲ ਹੀ ਭਰ ਗਏ ਸੀ ਉਹੋ ਜਿਹੀ ਨੌਬਤ ਨਾ ਆਵੇ ਉਹਦੀ ਪ੍ਰੀਵੈਂਸ਼ਨ ਅਤੇ ਉਹਦੀ ਆਰਲੀ ਟ੍ਰੀਟਮੈਂਟ ਹੈਗੀ ਆ ਉਹ ਸਾਰੀਆਂ ਪ੍ਰੀਕੋਸ਼ਨਰੀ ਮੀਆ ਰਹਿਣਾ ਦੂਜਾ ਹੁੰਦਾ ਜੀ ਮੱਖੀਆਂ ਅਤੇ ਮੱਛਰਾਂ ਨਾਲ ਵੈਕਟਰ ਬੋਰਨ ਡਿਜ਼ੀਜ਼ ਦਾ ਜਿਹਦੇ 'ਚ ਖਾਸ ਕਰਕੇ ਡੇਂਗੂ ਚਿਕਨਗੁਰੀਆ ਮਲੇਰੀਆ ਬੜੀ ਡੈਬਲੀਟੇਟਿੰਗ ਡਿਜ਼ੀਜ਼ ਆ ਉਹਨਾਂ ਉਹਦੀ ਕੋਈ ਆਊਟਬ੍ਰੇਕ ਨਾ ਹੋਵੇ ਉਹਨਾਂ ਦਾ ਵੀ ਕੰਟਰੋਲ ਵੈਕਟਰ ਕੰਟਰੋਲ ਅਤੇ ਉਹਦੀ ਵੀ ਆਪਦੀ ਰਿਡਕਸ਼ਨ ਟੈਸਟਿੰਗ ਅਤੇ ਜੇ ਕਿਸੇ ਨੂੰ ਹੋ ਜਾਏ ਤਾਂ ਉਹਦੇ 'ਚ ਜਿਵੇਂ ਬਲੱਡ ਦੇ ਜਿਹੜਾ ਹੈਗਾ ਸਾਰਾ ਕੁਛ ਅਰੇਂਜਮੈਂਟ ਔਰ ਜਿਹੜੇ ਜੇ ਕਿਤੇ ਪੇਸ਼ੈਂਟ ਆ ਜਾਣ ਤਾਂ ਹੋਸਪਿਟਲ ਦੇ ਵਿੱਚ ਕੰਟੀਨਜੈਂਸੀ ਪਲਾਨ 'ਤੇ ਸਾਰਾ ਕੁਛ ਹੋਵੇ ਇਸੇ ਤਰ੍ਹਾਂ ਸਾਡੇ ਜੇ ਫਲੱਡ ਅੱਗੇ ਸਾਰਾ ਰੇਨੀ ਸੀਜ਼ਨ ਪਿਆ ਹੋਇਆ ਅਜੇ ਤੱਕ ਗੁਰਦਾਸਪੁਰ ਦੇ ਵਿੱਚ ਹਾਲਾਤ ਠੀਕ ਹੈਗੇ ਆ ਲੇਕਿਨ ਸਾਡੀ ਜਿਹੜੀ ਪਲੈਨ ਹੈ ਉਹ ਜਿਵੇਂ ਇਹਨਾਂ ਨੇ ਸਾਡੇ ਸਿਵਲ ਸਰਜਨ ਸਾਹਿਬ ਨੇ ਮੈਨੂੰ ਦੱਸਿਆ ਕਿ ਇਹਨਾਂ ਦੀਆਂ 40 ਟੀਮਾਂ ਆਪਣੀਆਂ ਹੈਗੀਆਂ ਅਤੇ ਇੰਨੀਆਂ ਕਿ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਨੇ ਮਤਲਬ ਉਹਦੇ ਡਬਲ ਹੋ ਗਈ ਸਟੈਂਥ ਸਾਡੀ ਇਸ ਵਾਰੀ ਸਾਡੀ ਪੰਜਾਬ ਦੇ ਲੈਵਲ 'ਤੇ ਜਿਹੜਾ ਸਾਡਾ ਸਿਹਤ ਮਹਿਕਮਾ ਹੈ ਔਰ ਸਾਡਾ ਜਿਹੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਦੀ ਆਪਸ 'ਚ ਕੋਆਰਡੀਨੇਸ਼ਨ ਅਤੇ ਹੋਰ ਜਿੰਨੀਆਂ ਸਾਡੀਆਂ ਹੈਲਥ ਦੀਆਂ ਟੀਚਿੰਗ ਇੰਸਟੀਟਿਊਸ਼ਨਸ ਆ ਉਹ ਸਾਰੇ ਸਾਨੂੰ ਦੇ ਆਰ ਐਕਸਟੈਂਡਿੰਗ ਹੈਲਥ ਐਂਡ ਕੈਮਿਸਟ ਐਸੋਸੀਏਸ਼ਨ ਹੈ IMA ਆ ਉਹਦੇ ਸਾਡੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ ਜੀ ਔਰ ਸਾਡੇ ਮੁੱਖ ਮੰਤਰੀ ਸਾਹਿਬ ਵੀ ਇਸ ਵੀਡੀਓ ਕਾਲ ਦਾ ਫਰੰਟ ਔਰ ਸਾਰੀ ਸਰਕਾਰ ਜਿਹੜੀ ਹੈਗੀ ਆ ਉਹ ਚਾਹੇ ਚੀਫ ਮਿਨਿਸਟਰ ਤੋਂ ਲੈ ਕੇ ਸਾਰੇ ਮੰਤਰੀ MLA ਔਰ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਅਥਾਰਟੀ ਸਿਵਲ ਸਰਜਨ SSP ਉਹ ਸਾਰੇ ਬੜਾ ਫੀਲਡ 'ਚ ਆ ਗਿਆ ਲੋਕਾਂ ਦੇ ਜਿੰਨਾ ਵੀ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਹੈ ਔਰ ਇਹ ਚੀਜ਼ ਨੂੰ ਤੁਹਾਡੇ ਮੀਡੀਆ ਨੇ ਵੀ ਔਰ ਲੋਕਾਂ ਨੇ ਵੀ ਐਪਰੀਸ਼ੀਏਟ ਕੀਤਾ ਔਰ ਕਿਉਂਕਿ ਤੁਹਾਡੇ ਮੇਰੇ ਖਿਆਲ ਜਿਹੜੇ ਵਰਸਟ ਇਫੈਕਟ ਬਲੱਡ ਸੀਗੇ 80 'ਚ ਆਏ ਸੀ ਸਾਡੇ ਪਟਿਆਲੇ 'ਚ 93 'ਚ ਆਏ ਸੀ ਬੜੇ ਲੰਬੇ ਸਮੇਂ ਤੋਂ ਬਾਅਦ ਇਹ ਵਾਰ ਵਾਰ ਜਿਹੜੇ ਆਉਂਦੇ ਆ ਅਸੀਂ ਇਹ ਕੋਈ ਨਵਾਂ ਕੰਮ ਇਹ ਕਰ ਰਹੇ ਹਾਂ ਕਿ ਅਸੀਂ ਇਹਦੀ ਪਲੈਨਿੰਗ ਕਰਕੇ ਆਪ ਸਟ੍ਰੀਮ ਅਸੀਂ ਪਾਣੀ ਨੂੰ ਕਿੱਥੇ ਕਿੱਥੇ ਸਟੋਰ ਕਰ ਸਕਦੇ ਹਾਂ ਉਹਨੂੰ ਡਿਲੇ ਕਰ ਸਕਦੇ ਹਾਂ ਜਿਹਨੂੰ ਆਪਾਂ ਲੇਟਰ ਔਨ ਐਗਰੀਕਲਚਰ ਵਾਸਤੇ ਦੂਜੇ ਪਰਪਸ ਲਈ ਯੂਜ਼ ਕਰ ਸਕਦੇ ਹਾਂ ਜਾਂ ਡਾਊਨ ਸਟ੍ਰੀਮ ਉਹਨੂੰ ਕਿੱਦਾਂ ਕੱਢਣਾ ਹੈਗਾ ਜਿਹੜੇ ਬੰਦ ਹੈ ਉਹਨਾਂ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਔਰ ਜਿਹੜੇ ਸਾਡੇ ਵਾਈਟਲ ਸਟਰਕਚਰ ਹੈ ਚਾਹੇ ਸਾਡੇ ਹੋਸਪਿਟਲ ਹੈ ਨਵੇਂ ਸ਼ਹਿਰ ਦਾ ਹੋਸਪਿਟਲ ਸਾਡਾ ਕਟਰ ਹੋਇਆ ਸੀ ਬਲਾਚੌਰ ਔਰ ਮੋਰਿੰਡੇ ਦੇ ਵਿੱਚ ਸਾਡੇ ਹਸਪਤਾਲ ਡੁੱਬ ਗਏ ਸੀ ਉਹਨਾਂ ਨੂੰ ਜਿਹੜਾ ਹੈਗਾ ਰੀਲੋਕੇਟ ਕਰਨਾ ਜਾਂ ਉਹਨਾਂ ਨੂੰ ਮਤਲਬ ਜਿਹੜੇ ਹੈਗੇ ਆ ਔਰ ਵੈਦਰ ਕਿਸੇ ਵੀ ਨੈਚੁਰਲ ਕੈਲਾਮਿਟੀ ਦੇ ਵਿੱਚ ਸਾਡੇ ਵਾਈਟਲ ਸਟਰਕਚਰ ਕੰਪਰੋਮਾਈਜ਼ ਨਹੀਂ ਹੋਣੇ ਚਾਹੀਦੇ ਇਹ ਸਾਰੀ ਪਲੈਨਿੰਗ ਵੀ ਅਸੀਂ ਕਰ ਰਹੇ ਹਾਂ ਔਰ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਬਹੁਤ ਕੰਪਰੀਹੈਂਸਿਵ ਜਿਹੜਾ ਉਹ ਇੱਕ ਰੀਹੈਬਲੀਟੇਸ਼ਨ ਲੈ ਕੇ ਜੋ ਸਾਡੀ ਅਗਲੀ ਸਟੇਜ ਹੋਏਗੀ ਉਹਦੇ ਵਾਸਤੇ ਲੋਕਾਂ ਵਾਸਤੇ ਲੈ ਕੇ ਅੱਜ ਦਾ ਜਿਹੜਾ ਮੇਰੀ ਵਿਜ਼ਿਟ ਹੈ ਜੀ ਇਹ ਚੇਚੇ ਤੌਰ 'ਤੇ ਜਿਹੜਾ ਫਲੱਡ ਰਿਲੇਟਡ ਜਿਹੜਾ ਹੈਗਾ ਨਾ ਸਾਡੇ ਦੋ ਜਿਹੜੇ ਮੈਡੀਕਲ ਪ੍ਰੋਬਲਮਸ ਹੁੰਦੀਆਂ ਇੱਕ ਹੈਗੀਆਂ ਵਾਟਰ ਬੋਰਨ ਡਿਜ਼ੀਜ਼ ਜਿਹਨਾਂ ਨੂੰ ਆਪਾਂ ਡਾਇਰੀਆ ਦਸਤ ਜਾਂ ਕੋਲਰਾ ਟੱਟੀਆਂ ਉਲਟੀਆਂ ਜਿਹਦੇ ਨਾਲ ਮਤਲਬ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਈ ਵਾਰੀ ਉਹ ਬਹੁਤ ਲਾਰਜ ਸਕੇਲ 'ਤੇ ਐਪੀਡੈਮਿਕ ਜਿਵੇਂ ਇੱਕ ਯੂਪੀ ਦੇ ਵਿੱਚ ਪਿੱਛੇ ਜਿਹਾ ਹੋਇਆ ਸੀਗਾ ਕਿ ਉਹਨਾਂ ਦੇ 500 ਪੇਸ਼ੈਂਟਸ ਆ ਗਏ ਉਹਨਾਂ ਦੇ ਹਸਪਤਾਲ ਹੀ ਭਰ ਗਏ ਸੀ ਉਹੋ ਜਿਹੀ ਨੌਬਤ ਨਾ ਆਵੇ ਉਹਦੀ ਪ੍ਰੀਵੈਂਸ਼ਨ ਅਤੇ ਉਹਦੀ ਆਰਲੀ ਟ੍ਰੀਟਮੈਂਟ ਹੈਗੀ ਆ ਔਰ ਸਾਰੀਆਂ ਪ੍ਰੀਕੋਸ਼ਨਰੀ ਮੀਆ ਰਹਿਣਾ ਦੂਜਾ ਹੁੰਦਾ ਜੀ ਮੱਖੀਆਂ ਅਤੇ ਮੱਛਰਾਂ ਨਾਲ ਵੈਕਟਰ ਬੋਰਨ ਡਿਜ਼ੀਜ਼ ਆ ਜਿਹਦੇ 'ਚ ਖਾਸ ਕਰਕੇ ਡੇਂਗੂ ਚਿਕਨਗੁਰੀਆ ਮਲੇਰੀਆ ਬੜੀ ਡੈਬਲੀਟੇਟਿੰਗ ਡਿਜ਼ੀਜ਼ ਆ ਉਹਨਾਂ ਉਹਦੀ ਕੋਈ ਆਊਟਬ੍ਰੇਕ ਨਾ ਹੋਵੇ ਉਹਨਾਂ ਦਾ ਵੀ ਕੰਟਰੋਲ ਵੈਕਟਰ ਕੰਟਰੋਲ ਅਤੇ ਉਹਦੀ ਵੀ ਆਪਦੀ ਰਿਡਕਸ਼ਨ ਟੈਸਟਿੰਗ ਅਤੇ ਜੇ ਕਿਸੇ ਨੂੰ ਹੋ ਜਾਏ ਤਾਂ ਉਹਦੇ 'ਚ ਜਿਵੇਂ ਬਲੱਡ ਦੇ ਜਿਹੜਾ ਹੈਗਾ ਸਾਰਾ ਕੁਛ ਅਰੇਂਜਮੈਂਟ ਔਰ ਜਿਹੜੇ ਜੇ ਕਿਤੇ ਪੇਸ਼ੈਂਟ ਆ ਜਾਣ ਤਾਂ ਹੋਸਪਿਟਲ ਦੇ ਵਿੱਚ ਕੰਟੀਨਜੈਂਸੀ ਪਲਾਨ 'ਤੇ ਸਾਰਾ ਕੁਛ ਹੋਵੇ ਇਸੇ ਤਰ੍ਹਾਂ ਸਾਡੇ ਜੇ ਫਲੱਡ ਅੱਗੇ ਸਾਰਾ ਰੇਨੀ ਸੀਜ਼ਨ ਪਿਆ ਹੋਇਆ ਅਜੇ ਤੱਕ ਗੁਰਦਾਸਪੁਰ ਦੇ ਵਿੱਚ ਹਾਲਾਤ ਠੀਕ ਹੈਗੇ ਆ ਲੇਕਿਨ ਸਾਡੀ ਜਿਹੜੀ ਪਲੈਨ ਹੈ ਉਹ ਜਿਵੇਂ ਇਹਨਾਂ ਨੇ ਸਾਡੇ ਸਿਵਲ ਸਰਜਨ ਸਾਹਿਬ ਨੇ ਮੈਨੂੰ ਦੱਸਿਆ ਕਿ ਇਹਨਾਂ ਦੀਆਂ 40 ਟੀਮਾਂ ਆਪਣੀਆਂ ਹੈਗੀਆਂ ਅਤੇ ਇੰਨੀਆਂ ਕਿ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਨੇ ਮਤਲਬ ਉਹਦੇ ਡਬਲ ਹੋ ਗਈ ਸਟੈਂਥ ਸਾਡੀ ਇਸ ਵਾਰੀ ਸਾਡੀ ਪੰਜਾਬ ਦੇ ਲੈਵਲ 'ਤੇ ਜਿਹੜਾ ਸਾਡਾ ਸਿਹਤ ਮਹਿਕਮਾ ਹੈ ਔਰ ਸਾਡਾ ਜਿਹੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਦੀ ਆਪਸ 'ਚ ਕੋਆਰਡੀਨੇਸ਼ਨ ਅਤੇ ਹੋਰ ਜਿੰਨੀਆਂ ਸਾਡੀਆਂ ਹੈਲਥ ਦੀਆਂ ਟੀਚਿੰਗ ਇੰਸਟੀਟਿਊਸ਼ਨਸ ਆ ਉਹ ਸਾਰੇ ਸਾਨੂੰ ਦੇ ਆਰ ਐਕਸਟੈਂਡਿੰਗ ਹੈਲਥ ਐਂਡ ਕੈਮਿਸਟ ਐਸੋਸੀਏਸ਼ਨ ਹੈ IMA ਆ ਉਹਦੇ ਸਾਡੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ ਜੀ ਔਰ ਸਾਡੇ ਮੁੱਖ ਮੰਤਰੀ ਸਾਹਿਬ ਵੀ ਇਸ ਵੀਡੀਓ ਕਾਲ ਦਾ ਫਰੰਟ ਔਰ ਸਾਰੀ ਸਰਕਾਰ ਜਿਹੜੀ ਹੈਗੀ ਆ ਉਹ ਚਾਹੇ ਚੀਫ ਮਿਨਿਸਟਰ ਤੋਂ ਲੈ ਕੇ ਸਾਰੇ ਮੰਤਰੀ MLA ਔਰ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਅਥਾਰਟੀ ਸਿਵਲ ਸਰਜਨ SSP ਉਹ ਸਾਰੇ ਬੜਾ ਫੀਲਡ 'ਚ ਆ ਗਿਆ ਲੋਕਾਂ ਦੇ ਜਿੰਨਾ ਵੀ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਹੈ ਔਰ ਇਹ ਚੀਜ਼ ਨੂੰ ਤੁਹਾਡੇ ਮੀਡੀਆ ਨੇ ਵੀ ਔਰ ਲੋਕਾਂ ਨੇ ਵੀ ਐਪਰੀਸ਼ੀਏਟ ਕੀਤਾ ਔਰ ਕਿਉਂਕਿ ਤੁਹਾਡੇ ਮੇਰੇ ਖਿਆਲ ਜਿਹੜੇ ਵਰਸਟ ਇਫੈਕਟ ਬਲੱਡ ਸੀਗੇ 80 'ਚ ਆਏ ਸੀ ਸਾਡੇ ਪਟਿਆਲੇ 'ਚ 93 'ਚ ਆਏ ਸੀ ਬੜੇ ਲੰਬੇ ਸਮੇਂ ਤੋਂ ਬਾਅਦ ਇਹ ਵਾਰ ਵਾਰ ਜਿਹੜੇ ਆਉਂਦੇ ਆ ਅਸੀਂ ਇਹ ਕੋਈ ਨਵਾਂ ਕੰਮ ਇਹ ਕਰ ਰਹੇ ਹਾਂ ਕਿ ਅਸੀਂ ਇਹਦੀ ਪਲੈਨਿੰਗ ਕਰਕੇ ਆਪ ਸਟ੍ਰੀਮ ਅਸੀਂ ਪਾਣੀ ਨੂੰ ਕਿੱਥੇ ਕਿੱਥੇ ਸਟੋਰ ਕਰ ਸਕਦੇ ਹਾਂ ਉਹਨੂੰ ਡਿਲੇ ਕਰ ਸਕਦੇ ਹਾਂ ਜਿਹਨੂੰ ਆਪਾਂ ਲੇਟਰ ਔਨ ਐਗਰੀਕਲਚਰ ਵਾਸਤੇ ਦੂਜੇ ਪਰਪਸ ਲਈ ਯੂਜ਼ ਕਰ ਸਕਦੇ ਹਾਂ
ਜਾਂ ਡਾਊਨ ਸਟ੍ਰੀਮ ਉਹਨੂੰ ਕਿੱਦਾਂ ਕੱਢਣਾ ਹੈਗਾ, ਜਿਹੜੇ ਬੰਦ ਹੈ ਉਹਨਾਂ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ, ਔਰ ਜਿਹੜੇ ਸਾਡੇ ਵਾਈਟਲ ਸਟਰਕਚਰ ਹੈ, ਚਾਹੇ ਸਾਡੇ ਹੋਸਪਿਟਲ ਹੈ, ਨਵੇਂ ਸ਼ਹਿਰ ਦਾ ਹੋਸਪਿਟਲ ਸਾਡਾ ਕੰਟਰੋਲ ਹੋਇਆ ਸੀ, ਬਲਾਚੌਰ ਔਰ ਮੋਰਿੰਡੇ ਦੇ ਵਿੱਚ ਸਾਡੇ ਹਸਪਤਾਲ ਡੁੱਬ ਗਏ ਸੀ, ਉਹਨਾਂ ਨੂੰ ਜਿਹੜਾ ਹੈਗਾ ਰੀਲੋਕੇਟ ਕਰਨਾ ਜਾਂ ਉਹਨਾਂ ਨੂੰ ਮਤਲਬ ਜਿਹੜੇ ਹੈਗੇ ਆ ਔਰ ਕਿਸੇ ਵੀ ਨੈਚੁਰਲ ਕੈਲਾਮਿਟੀ ਦੇ ਵਿੱਚ ਸਾਡੇ ਵਾਈਟਲ ਸਟਰਕਚਰ ਕੰਪਰੋਮਾਈਜ਼ ਨਹੀਂ ਹੋਣੇ ਚਾਹੀਦੇ। ਇਹ ਸਾਰੀ ਪਲੈਨਿੰਗ ਵੀ ਅਸੀਂ ਕਰ ਰਹੇ ਹਾਂ, ਔਰ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਬਹੁਤ ਕੰਪਰੀਹੈਂਸਿਵ ਜਿਹੜਾ ਉਹ ਇੱਕ ਰੀਹੈਬਿਲੀਟੇਸ਼ਨ ਲੈ ਕੇ ਜੋ ਸਾਡੀ ਅਗਲੀ ਸਟੇਜ ਹੋਏਗੀ ਉਹਦੇ ਵਾਸਤੇ ਲੋਕਾਂ ਵਾਸਤੇ ਲੱਗਿਆ।